ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਪਤਾ ਵੀ ਆਪਣੇ ਬਾਸਮਤੀ ਦਾ ਪ੍ਰੋਜੈਕਟ ਚੱਲ ਰਿਹਾ 11 ਏਕੀ ਦਾ ਲੁਧਿਆਣਾ ਯੂਨੀਵਰਸਿਟੀ ਵੱਲੋਂ ਅਤੇ ਬਾਇਰ ਕੰਪਨੀ ਵੱਲੋਂ, ਅਤੇ ਉਸ ਦੇ ਸੰਬੰਧ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਲਾਸਟਲੀ ਸਪਰੇ ਜਿਹੜੀ ਆਪਾਂ ਕਰਨੀ ਆ, ਆਪਾਂ ਬੜੇ ਸਾਵਧਾਨ ਹੋ ਕੇ ਕਰੀਏ, ਜਿਸ ਨਾਲ ਆਪਣਾ ਕਿ ਦਾਣਿਆਂ ਦੇ ਵਿੱਚ ਜ਼ਹਿਰ ਨਾ ਜਾਵੇ। ਜਿਹੜੀਆਂ ਲੁਧਿਆਣਾ ਯੂਨੀਵਰਸਿਟੀ ਵੱਲੋਂ ਦਵਾਈਆਂ ਦੱਸੀਆਂ ਗਈਆਂ ਸਿਰਫ ਉਹ ਕੀਤੀਆਂ ਜਾਣ। ਪਹਿਲੀ ਜਿਹੜੀ ਫੰਗੀਸਾਈਡ ਆ ਉਹ ਤੁਹਾਨੂੰ ਦੱਸਣ ਜਾ ਰਿਹਾ, ਉਹ ਆ ਨਟੀਵੋ, ਜਿਹਦੇ ਵਿੱਚ ਸਾਲਟਾ ਟੈਬੂਕੋਨਾਜੋਲ 50% ਅਤੇ ਟ੍ਰਾਈਫਲੋਕਸੀ ਸਟ੍ਰੋਬਿਨ 25%, ਅਤੇ ਆਪਾਂ ਟੇਟ ਭੁਮੱਕੜ ਤੋਂ ਕਰ ਸਕਦੇ ਹਾਂ ਡੀ ਨੋਟ ਪ੍ਰੋਨ ਸਾਲਟਾ, ਜਿਹਨੂੰ ਦਵਾਈ ਦਾ ਨਾਂ ਹੈ ਸੰਬੋਲਾ, ਅਤੇ ਤੀਜੀ ਆਪਾਂ ਕਰ ਸਕਦੇ ਹਾਂ ਤੇਲੇ ਤੋਂ, ਜਿਹੜੀ ਆਪਾਂ ਮੈਟਰਾਜਾਈਨ ਸਾਲਟਾ ਉਹ ਆਪਾਂ ਕਰ ਸਕਦੇ ਹਾਂ ਜੀ ਤੇਲੇ ਤੋਂ। ਇਸ ਤੋਂ ਇਲਾਵਾ ਹੋਰ ਕੋਈ ਸਾਲਟ ਕੀਤਾ ਨਾ ਜਾਵੇ ਇਸ ਬਾਸਮਤੀ ਦੇ ਵਿੱਚ, ਜਿਸ ਨਾਲ ਆਪਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ। ਅਤੇ ਮੇਰੇ ਵੀਰ ਪੂਰੀ ਸਾਵਧਾਨੀ ਨਾਲ ਇਹ ਚੀਜ਼ਾਂ ਕਰੋ, ਜਿਸ ਨਾਲ ਕਿ ਆਪਣੀ ਬਾਸਮਤੀ ਐਕਸਪੋਰਟ ਹੋਵੇ ਅਤੇ ਆਪਣਾ ਜਿਹੜਾ ਦੁਬਾਰਾ ਤੋਂ ਰੇਟ ਵੱਧ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।